ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਚੀਕਾ ਨੇੜੇ ਪਿੰਡ ਭੂਸਲਾ ਵਿਖੇ ਹਾਰਵੈਸਟ ਕੰਬਾਈਨ ਦੇ ਸ਼ਾਰਪ ਇੰਡਸਟਰੀ ਦੇ ਨਕਲੀ ਬਲੇਡ ਵੇਚਣ ਵਾਲਿਆਂ ਵਿਰੁੱਧ ਪਰਚਾ ਦਰਜ। ਸ਼ਾਰਪ ਇੰਡਸਟਰੀ ਦੇ ਭੁੰਨ ਰੇੜੀ ਤੋਂ ਡੀਲਰ ਸਰਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਭੂਸਲਾ ਵਿਖੇ ਮਲਕੀਤ ਸਿੰਘ, ਹਰਜਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਵੱਲੋਂ ਸ਼ਾਰਪ ਇੰਡਸਟਰੀ ਦੇ ਨਕਲੀ ਬਲੇਡ ਵੇਚੇ ਜਾਂਦੇ ਹਨ। ਇਸ ਤੇ ਕੰਪਨੀ ਨੂੰ ਦੱਸਿਆ ਗਿਆ ਤੇ ਸ਼ਾਰਪ ਇੰਡਸਟਰੀ ਦੀ ਟੀਮ ਨੇ ਆ ਕੇ ਛਾਪਾ ਮਾਰਿਆ। ਸਰ, ਕੁਝ ਦੁਕਾਨਦਾਰ ਨਕਲੀ ਬਲੇਡ ਵੇਚਦੇ ਸੀਗੇ, ਸ਼ਾਰਪ ਕੰਪਨੀ ਦੇ ਡੁਪਲੀਕੇਟ ਲੋਗੋ ਲਾ ਕੇ, ਸੇਮ ਪੈਕਿੰਗ ਔਰ ਡੱਬੀ ਦੇ ਵਿੱਚ ਇਹਨਾਂ ਲੋਕਾਂ ਦੇ ਬਲੇਡ ਪੈਕ ਕੀਤੇ ਹੋਏ ਸੀ। ਮੈਂ ਕਈ ਦਿਨਾਂ ਤੋਂ ਕੰਪਨੀ ਨੂੰ ਅੰਮ੍ਰਿਤਸਰ ਵਿਖੇ ਸ਼ਿਕਾਇਤ ਕੀਤੀ ਸੀ, ਜੋ ਕਿ ਮੈਂ ਆਥੋਰਾਈਜ਼ਡ ਡੀਲਰ ਹਾਂ ਕੰਪਨੀ ਦਾ। ਕੰਪਨੀ ਵਾਲਿਆਂ ਨੂੰ ਮੇਰੀ ਸ਼ਿਕਾਇਤ ਦੇ ਤੌਰ 'ਤੇ ਉਹਨਾਂ ਨੇ ਚੈਕਿੰਗ ਕੀਤੀ ਕਿ ਦੋਸ਼ੀ ਪਾਏ ਗਏ ਕਈ ਦੁਕਾਨਦਾਰ, ਉਹਨਾਂ ਦੇ ਅੰਦਰੋਂ ਮਾਲ ਫੜਿਆ ਗਿਆ। ਉਹਨਾਂ ਨੇ ਆਪਣੀ ਚੋਰੀ ਛਪਾਉਣ ਦੇ ਲਈ, ਮੈਂ ਵੀ ਨਾਲ ਸੀ ਜਦੋਂ ਰੇਡ ਕਰਨ ਦੇ ਟਾਈਮ ਟੀਮ ਦੇ ਨਾਲ, ਉਹਨਾਂ ਨੇ ਆਪਣੀ ਚੋਰੀ ਛਪਾਉਣ ਦੇ ਲਈ ਸਾਨੂੰ ਬੰਧਕ ਬਣਾ ਲਿਆ। ਨਕਲੀ ਬਲੇਡ ਵੇਚਣ ਵਾਲਿਆਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਚੀਕਾ ਤੋਂ ਗੁਰਜੀਤ ਸਿੰਘ ਉਲਟਪੁਰ ਦੀ ਰਿਪੋਰਟ।